पक्के करो, पक्के करो। श्री मुक्तसर साहब विखे अज डिप्टी सीएम सुखजिंदर सिंह रंधावा पहुंचे जिथे उन्होंने गड्डी नूं कच्चे कामियां वल्लों घेरा पा लिया गया ते पंजाब सरकार मुरदाबाद दे नारे लगाए गए। रंधावा दे नाल इस मौके ट्रांसपोर्ट मंत्री राजा वड़िंग भी मौजूद रहे। कच्चे कामियां ने यह गल कही है कि असीं 15-15 सालां तों सरकार दीआं मिन्नतां कर रहे हैं पर ना तां सानूं पक्के कीता जा रहा है अते ना ही साडीआं तनखाहां वधाईआं जा रहीआं ने। इस मौके कच्चे मुलाजमां दी पुलिस दे नाल तूं तूं मैं मैं भी हुंदे नज़र आई जिथे कि राजा वड़िंग नूं विच पै के यह सारा रौला खत्म करवाउणा पिया। ਹੋਰ ਕੀ ਹੋਇਆ ਆਓ ਦੇਖਦੇ ਹਾਂ। ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਕੁਝ ਨਹੀਂ ਯਾਰ, ਸਾਡੇ ਲੋਕ ਹੈ, ਸਾਡੇ ਪੰਜਾਬ ਦੇ ਲੋਕ ਹੈ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਹੈ, ਉਹਨਾਂ ਦਾ ਤਰੀਕਾ ਥੋੜਾ ਜਿਹਾ ਉੱਤੇ ਜਿਹਾ ਜਿਹੜਾ ਕਿ ਕੋਈ ਹਾਦਸਾ ਵਾਪਰ ਸਕਦਾ, ਕੋਈ ਸ਼ਰਾਰਤੀ ਬੰਦਾ ਕੋਈ ਸ਼ਰਾਰਤ ਕਰ ਸਕਦਾ, ਉਹਦੇ ਨਾਲ ਨੁਕਸਾਨ ਹੋ ਸਕਦਾ ਜਨਤਾ ਦਾ ਵੀ। ਇਸੇ ਕਰਕੇ ਮੈਂ ਉੱਤਰ ਕੇ ਗਿਆ। ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ, ਡਿਪਟੀ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਾਉਣੀ। ਲਗਾਤਾਰ ਕੱਚੇ ਕਾਮੇ ਵਿਰੋਧ ਕਰ ਰਹੇ ਸਰਕਾਰ ਗੱਲ। ਹਾਂ ਯਾਰ, ਉਹਨਾਂ ਦੀਆਂ ਆਪਦੀਆਂ ਡਿਮਾਂਡ ਹੈ। ਰੋਜ਼ ਤੁਹਾਡਾ ਘਰੇ ਵਿਰੋਧ ਨਹੀਂ ਹੁੰਦਾ? ਰੋਜ਼ ਮੇਰਾ ਮੁੰਡਾ ਕਹਿੰਦਾ ਕਿ ਮੈਂ ਫਲਾਨੀ ਉਹ ਟੋਏ ਲੈਣਾ, 5,000 ਵਾਲਾ ਲੈਣਾ, ਮੇਰੇ ਕੋਲ 5,000 ਹੈ ਨਹੀਂ। ਮੈਨੂੰ ਕਹਿੰਦਾ ਬਾਈ 2,000 ਵਾਲਾ ਲੈ ਲਓ। ਫਿਰ ਜਿੱਦ ਕਰਦਾ, ਇਹ ਸਾਡਾ ਪਰਿਵਾਰ ਹੈ, ਇਹ ਕੱਚੇ ਕੰਮ, ਇਹ ਸਾਡਾ ਪਰਿਵਾਰ ਹੈ, ਠੀਕ ਕਰ ਲਾਂਗੇ। ਲੱਗਦਾ ਹੀ ਮੰਗਾਂ ਪੂਰੀਆਂ ਹੋਣਗੀਆਂ ਇਹਨਾਂ ਦੀਆਂ ਜੀ। ਯਾਰ ਕੋਈ ਵਰਗ ਛੱਡਿਆ ਹੀ ਨਹੀਂ ਗਾ ਇਹ ਕੱਚੇ ਮੁਲਾਜ਼ਮ ਸਾਨੂੰ। ਆਹ ਜੇ ਕੈਪਟਨ ਤੋਂ ਪਹਿਲਾਂ ਰਾਹਤ ਮਿਲ ਜਾਂਦੀ ਤਾਂ ਹੁਣ ਇਹ ਪੱਕੇ ਹੋਏ ਹੋਣੇ ਸੀ, ਪੱਕੇ ਹੋਏ ਹੋਣੇ ਸੀ। ਓਕੇ ਸਰ, ਕੀ ਕਹਿਣਾ ਚਾਹੋਗੇ?
ਅਸੀਂ ਜੀ NHM ਦੇ ਕਰਮਚਾਰੀ ਹਾਂ ਸਾਰੇ ਅਤੇ ਕੱਚੇ ਕੰਮ ਹੈ। ਇੱਥੇ ਡਿਪਟੀ CM ਆ ਰਹੇ ਹੈ ਅੱਜ, ਅਸੀਂ ਉਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦੇਣਾ ਜੋ ਕਿ NHM ਦੇ ਮੁਲਾਜ਼ਮ 10 ਤੋਂ 15 ਸਾਲਾਂ ਤੋਂ ਇਹ ਬਹੁਤ ਹੀ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹੈ ਅਤੇ ਕੋਵਿਡ ਦੇ ਟਾਈਮ 'ਚ ਵੀ ਉਹਨਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜੋਖਮ ਵਿੱਚ ਪਾ ਕੇ ਆਪਣੀਆਂ ਛੁੱਟੀਆਂ ਕੈਂਸਲ ਕਰਕੇ ਦਿਨ ਰਾਤ ਮਿਹਨਤ ਕੀਤੀ। ਆਪਣਾ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਆਸ਼ਵਾਸਨ ਦਵਾਇਆ ਗਿਆ ਬੁਲਾ ਕੇ ਵੀ ਜਿਹੜਾ ਮੰਤਰੀ ਸਾਹਿਬ ਨੇ ਤੁਹਾਡੀ ਮੀਟਿੰਗ ਕਰਾਈ ਆ। ਦੇਖੋ ਮੀਟਿੰਗਾਂ ਦਾ ਦੌਰ ਚੱਲ ਹੀ ਰਿਹਾ ਜੀ, 16 ਦਿਨ ਹੋ ਗਏ, NHM ਦੀ ਸਟ੍ਰਾਈਕ ਚੱਲ ਰਹੀ ਹੈ, ਮੀਟਿੰਗਾਂ ਹੋ ਰਹੀਆਂ ਪਰ ਕੋਈ ਫੈਸਲਾ ਨਹੀਂ ਲਿੱਤਾ ਜਾ ਰਿਹਾ। ਤਾਂ ਇਹਨਾਂ ਗੱਲਾਂ ਤੋਂ ਸਾਨੂੰ ਲੱਗਦੀ ਹੈ ਕਿ ਸਰਕਾਰ ਨਾ ਤਾਂ ਸਿਹਤ ਮੁਲਾਜ਼ਮਾਂ ਦੇ ਪ੍ਰਤੀ ਗੰਭੀਰ ਹੈ, ਨਾ ਹੀ ਜਿਹੜੀ ਪਬਲਿਕ ਹੈ ਉਹਨਾਂ ਦੀਆਂ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਪ੍ਰਤੀ ਗੰਭੀਰ ਹੈ, ਕਿਉਂਕਿ ਪਬਲਿਕ ਨੂੰ ਵੀ ਸਿਹਤ ਸੇਵਾਵਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। NHM ਕਰਮਚਾਰੀਆਂ ਨੇ ਕੰਮ ਛੱਡ ਕੇ ਹੜਤਾਲ ਕੀਤੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਜਿਹੜੀਆਂ ਸਰਕਾਰਾਂ ਜਿਹੜੀਆਂ ਇੱਕ ਮੀਟਿੰਗਾਂ ਕਰ ਲੈਂਦੀਆਂ ਪਰ ਬੇਨਤੀਜਾ ਨਿਕਲਦੀਆਂ? ਉਹ ਤੁਹਾਨੂੰ ਸਰਕਾਰਾਂ ਦੱਸ ਸਕਦੀਆਂ ਜੀ ਕੀ ਕਾਰਨ ਹੈ, ਕਿਉਂਕਿ ਇਹ ਗੰਭੀਰ ਨਹੀਂ ਹੈ। ਮਾਮਲਿਆਂ ਦੇ ਪ੍ਰਤੀ ਵਾਰ ਵਾਰ ਸਾਨੂੰ ਰੋਸ ਪ੍ਰਦਰਸ਼ਨ ਕਰ ਰਿਹਾ, ਸਾਡੇ ਹੱਕ ਹੈ, ਅਸੀਂ ਕੋਈ ਭੀਖ ਨਹੀਂ ਮੰਗ ਰਹੇ ਇਹਨਾਂ ਤੋਂ, ਹੱਕ ਅਸੀਂ ਲੈ ਕੇ ਰਹਾਂਗੇ। ਜੇ ਨਹੀਂ ਮੰਨਦੇ ਤਾਂ ਸਾਡਾ ਸੰਘਰਸ਼ ਅਸੀਂ ਹੋਰ ਵੀ ਤਿੱਖਾ ਕਰਾਂਗੇ। ਮੈਡਮ ਪ੍ਰਦਰਸ਼ਨ ਕਰ ਰਹੇ ਹੋ, ਕੀ ਕਾਰਨ ਕੀ ਹੈ, ਨਾਮ ਕੀ ਹੈ ਜੀ? ਸਰ ਮੇਰਾ ਨਾਮ ਬਲਵਿੰਦਰ ਕੌਰ ਆ, ਮੈਂ ਵੀ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਹਾਂ, ਚੱਕ ਸ਼ੇਰਵਾਲਾ ਤੋਂ ਪ੍ਰਧਾਨ ਆ। ਸਰ ਅਸੀਂ ਅੱਜ ਤੋਂ ਨਹੀਂ ਵੀ ਪ੍ਰਦਰਸ਼ਨ ਕੀਤਾ, ਸਾਨੂੰ ਘੱਟੋ ਘੱਟ ਵੀ 15 ਸਾਲ ਹੋ ਗਏ ਸਾਨੂੰ ਇਸ ਮਹਿਕਮੇ ਦੇ ਵਿੱਚ ਕੰਮ ਕਰਦਿਆਂ ਨੂੰ। ਸਰਕਾਰਾਂ ਨੂੰ ਵੀ ਪਤਾ ਹੈ ਵੀ ਜੋ ਵੀ ਕੰਮ ਹੁੰਦਾ ਉਹ ਸਾਡੇ ਤੋਂ ਹੀ ਨੀਚੋਂ ਵੀ ਸ਼ੁਰੂ ਹੋ ਕੇ ਜਾਂਦਾ। ਮੈਂ ਵੀ ਜ਼ਿਆਦਾ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਵੀਰ ਭੈਣਾਂ ਨੇ ਦੱਸ ਹੀ ਦਿੱਤਾ। ਮੈਂ ਸਿਰਫ ਤੁਹਾਡੇ ਚੈਨਲ ਦੇ ਥਰੂ ਸਰਕਾਰਾਂ ਤੱਕ ਇਹ ਮੈਸੇਜ ਵੀ ਪਹੁੰਚਾਉਣਾ ਚਾਹੁੰਦੀ ਹਾਂ, ਜਿਹੜੀਆਂ ਸਰਕਾਰਾਂ ਜਦੋਂ ਵੀ ਕਰੋਨਾ ਆਇਆ ਸੀਗਾ, ਕਰੋਨਾ ਦੇ ਵਿੱਚ ਕਹਿੰਦੇ ਸੀਗੇ ਵੀ ਸਾਡੇ ਕਰੋਨਾ ਯੋਧਿਆਂ ਨੂੰ ਅਸੀਂ ਸਾਰਿਆਂ ਤੋਂ ਪਹਿਲਾਂ ਜਦੋਂ ਵੀ ਕਰੋਨਾ ਖਤਮ ਹੋਊਗਾ ਅਸੀਂ ਵੀ ਪਹਿਲ ਦੇ ਆਧਾਰ 'ਤੇ ਆਪਦੇ ਜਿਹੜੇ ਵੀ ਕਰੋਨਾ ਯੋਧੇ ਉਹਨਾਂ ਨੂੰ ਵੀ ਰੈਗੂਲਰ ਕਰਾਂਗੇ। ਮੈਂ ਦੱਸਣਾ ਚਾਹੁੰਦੀ ਹਾਂ ਵੀ ਪ੍ਰਸ਼ਾਸਨ ਅਤੇ ਇੱਕ ਹੈਲਥ ਡਿਪਾਰਟਮੈਂਟ ਦੋ ਹੀ ਸੀਗੇ ਜਦੋਂ ਵੀ ਕਰੋਨਾ ਆਇਆ ਸੀਗਾ, ਜਿਹੜੇ ਅਸੀਂ ਰੋਡਾਂ 'ਤੇ ਦਿਨ ਰਾਤ 24 ਘੰਟੇ ਅਸੀਂ ਆਪਦਾ ਵੀ ਬਾਲ ਬੱਚਾ ਛੱਡ ਕੇ ਅਸੀਂ ਰੋਡਾਂ 'ਤੇ ਰਹਿੰਦੇ ਸੀ। ਸਾਨੂੰ ਨਹੀਂ ਸੀ ਪਤਾ ਲੱਗਦਾ ਸਾਡੇ ਬੱਚਿਆਂ ਨੇ ਖਾਣਾ ਖਾਧਾ ਹੈ ਕਿ ਨਹੀਂ ਖਾਧਾ, ਸਾਡੇ ਬੱਚੇ ਘਰ ਆ ਵੀ ਭੁੱਖੇ ਆ ਕਿੱਦਾਂ ਆਇਆ, ਅਸੀਂ ਆਪਦਾ ਘਰ ਤਿਆਗਤਾ ਸੀਗਾ। ਸਿਰਫ ਇੱਕ ਸਾਨੂੰ ਇਹ ਸੀਗਾ ਵੀ ਲੋਕਾਂ ਦੀਆਂ ਜਾਨਾਂ ਬਚਣੀਆਂ ਚਾਹੀਦੀਆਂ। ਉਦੋਂ ਤਾਂ ਸਾਨੂੰ ਜਿਹੜੇ ਵੀ ਮੰਤਰੀ ਸੀਗੇ ਸਾਰੇ ਵੀ ਫੁੱਲਾਂ ਦੇ ਹਾਰ ਪਾ ਪਾ ਕੇ ਸਾਨੂੰ ਵੀ ਨਵਾਜਦੇ ਸੀਗੇ। ਹੁਣ ਸਾਨੂੰ ਸਮਝ ਨਹੀਂ ਆਉਂਦੀ ਜਿਨ੍ਹਾਂ ਦੇ ਵੀ ਫੁੱਲਾਂ ਦੇ ਹਾਰ ਪਾਏ ਜਾਂਦੇ ਸੀ ਉਹਨਾਂ ਨੂੰ ਵੀ ਡਾਂਗਾਂ ਦੇ ਨਾਲ ਹੁਣ ਕਾਹਤੋਂ ਨਵਾਜਿਆ ਜਾਂਦਾ ਜਦੋਂ ਹੁਣ ਅਸੀਂ ਆਪਦੇ ਹੱਕੀ ਮੰਗਾਂ ਲਈ। 2 ਮਹੀਨੇ ਬਾਕੀ ਰਹਿ ਗਏ, ਕੀ ਮੰਗ ਕਰਦੇ ਹੋ ਸਰਕਾਰ? ਸਰ ਅਸੀਂ ਵੀ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਸਾਡੇ ਵੀ ਮੰਗਾਂ ਹੈਗੀਆਂ ਸ਼ੁਰੂ ਤੋਂ ਚੱਲ ਰਹੀਆਂ ਵੀ ਸਾਨੂੰ ਵੀ ਰੈਗੂਲਰ ਕੀਤਾ ਜਾਵੇ, ਜਿੱਦਾਂ ਦੂਜਿਆਂ ਦੀ ਵੀ ਪੇ ਸਕੇਲ ਹੈਗੇ ਬਰਾਬਰ ਸਾਨੂੰ ਉਹਨਾਂ ਦਾ ਦਿੱਤਾ ਜਾਵੇ ਅਤੇ ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਆ। ਅਸੀਂ ਕੋਈ ਜ਼ਿਆਦਾ ਵੀ ਭੀਖ ਨਹੀਂ ਮੰਗਦੇ, ਅਸੀਂ ਕੋਈ ਦੂਜੇ ਮੁਲਾਜ਼ਮਾਂ ਤੋਂ ਕੁਛ ਜ਼ਿਆਦਾ ਨਹੀਂ ਮੰਗਦੇ, ਅਸੀਂ ਤਾਂ ਇਹੀ ਕਹਿੰਦੇ ਜੋ ਸਾਡਾ ਹੱਕ ਆ ਸਾਨੂੰ ਮਿਲਣਾ ਚਾਹੀਦਾ। ਡਿਪਟੀ ਸੀਐਮ ਆ ਰਹੇ ਸੀ, ਤੁਹਾਨੂੰ ਬਾਹਰ ਹੀ ਰੋਕੇਗਾ, ਕੀ ਕਹਿਣਾ ਚਾਹੋਗੇ? ਸਰ ਫਿਰ ਇਹਨਾਂ ਨੂੰ ਵੀ ਹਦਾਇਤ ਹੁੰਦੀ ਹੈ ਵੀ ਪ੍ਰਸ਼ਾਸਨ ਨੂੰ ਵੀ ਉਹਨਾਂ ਦਾ ਘਰਾਓ ਨਾ ਕਰੋ, ਪਰ ਅਸੀਂ ਇਹਨਾਂ ਤੋਂ ਕੋਈ ਡਰਦੇ ਨਹੀਂਗੇ, ਇਹਨਾਂ ਦੇ ਵੀ ਘਰਾਓ ਤੋਂ ਜਿੱਥੋਂ ਤੱਕ ਸਾਧਾ ਹੋਇਆ ਅਸੀਂ ਉਹਨਾਂ ਦੇ ਜਾ ਕੇ ਵੀ ਘਰਾਓ ਕਰਾਂਗੇ ਅਤੇ ਅਸੀਂ ਆਪਦਾ ਮੰਗ ਪੱਤਰ ਦੇਵਾਂਗੇ ਉਹਨਾਂ ਨੂੰ। ਸਰ ਮਨਜੀਤ ਸਰ, ਮਨਜੀਤ ਸਰ,